ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਪੀਪੀਐਸਸੀ ਵੱਲੋਂ ਕਾਫੀ ਚੰਗੀ ਜੋਬ ਰਿਕਰੂਟਮੈਂਟ ਦੇ ਅਨਾਉਂਸਮੈਂਟ ਹੋਇਆ ਅੱਜ ਤੁਸੀਂ ਚੈੱਕ ਕਰ ਸਕਦੇ ਹੋ ਟੋਟਲ ਜਿਹੜੀ ਪੋਸਟਾਂ ਹੋ 320 ਨੇ ਮੇਲ ਕੈਂਡੀਡੇਟ ਵਾਸਤੇ ਨੇ ਤੇ 111 ਦੇ ਲਗਭਗ ਜਿਹੜੀ ਫੀਮੇਲ ਕੈਂਡੀਡੇਟ ਵਾਸਤੇ ਇਹ ਪੋਸਟਾਂ ਨੇ ਤੇ ਪੋਸਟਾਂ ਕਾਹਦੀਆਂ ਇੰਸਪੈਕਟਰ ਦੀਆਂ ਨੇ ਕੋਰਪੋਰੇਟਿਵ ਸੁਸਾਇਟੀ ਵਿੱਚ ਜਿਹੜੇ ਇੰਸਪੈਕਟਰ ਹੁੰਦੇ ਨੇ ਕਾਰਪੋਰੇਸ਼ਨ ਡਿਪਾਰਟਮੈਂਟ ਵਿੱਚ ਉਹਨਾਂ ਦੀਆਂ ਇਹ ਪੋਸਟਾਂ ਨੇ ਕਾਫੀ ਚੰਗੀ ਪੋਸਟ ਹੈ ਦੋਸਤੋ ਤੇ ਇਸ ਤੋਂ ਬਾਅਦ ਆਪਾਂ ਮੇਨ ਮੇਨ ਗੱਲਾਂ ਤੁਹਾਨੂੰ ਸਮਝਾ ਦਿੰਨਾ ਇੱਥੇ ਨੀਚੇ ਤੁਸੀਂ ਕੈਟਾਗਰੀ ਵਾਈਜ਼ ਦੇ ਹਿਸਾਬ ਨਾਲ ਪੋਸਟਾਂ ਦੀ ਬਣਨ ਦੇਖ ਸਕਦੇ ਹੋ ਤੇ ਪੂਰੀ ਸਾਰੀ ਕੈਟਾਗਰੀਆਂ ਵਾਸਤੇ ਇੱਥੇ ਬਣਾਂ ਇਹਨਾਂ ਨੇ ਦਿੱਤੀ ਹੋਈ ਹੈ ਤੇ ਟੋਟਲ ਪੋਸਟਾਂ ਦੀ ਗੱਲ ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਤਾਂ 107 ਜਿਹੜੀ ਫੀਮੇਲ ਕੈਂਡੀਡੇਟ ਵਾਸਤੇ ਪੋਸਟਾਂ ਨੇ ਤੇ 320 ਨੇ ਪੋਸਟਾਂ ਮੇਲ ਕੈਂਡੀਡੇਟਾਂ ਵਾਸਤੇ ਉਹ ਦੋਸਤੋ ਇਸ ਤੋਂ ਬਾਅਦ ਆਪਾਂ ਨੈਕਸਟ ਗੱਲ ਕਰੀਏ ਤਾਂ ਇਹ ਜਿਹੜੀ ਪੇਮੈਂਟ ਰੇਵਗੀ ਸੈਲਰੀ ਸਕੇਲ ਰਹਿ ਵੀ ਇਹਨਾਂ ਨੇ 35400 ਕਾਫੀ ਚੰਗੀ ਸੈਲਰੀ ਇੱਥੇ ਇਹਨਾਂ ਨੇ ਅਨਿਸ ਤੋਂ ਬਾਅਦ ਕੋਣ ਕੋਣ ਅਪਲਾਈ ਕਰ ਸਕਦੇ ਨੇ ਇਸ ਪੋਸਟ ਉਰ ਨੂੰ ਜਸਟ ਗ੍ਰੈਜੂਏਸ਼ਨ ਪਾਸ ਕੈਂਡੀਡੇਟ ਕਿਸੇ ਵੀ ਸਟਰੀਮ ਵਿੱਚ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਕੋਈ ਆਪਾਂ ਨੂੰ ਮਿਨੀਮਮ ਮਾਰਕਸ ਦੀ ਲੋੜ ਨਹੀਂ ਹੈ ਪਰਸੈਂਟੇਜ ਦੀ ਲੋੜ ਨਹੀਂ ਹੈ ਜਸਟ ਪਾਸ ਹੁੰਦਾ ਤੁਸੀਂ ਇਸ ਪੋਸਟ ਲਈ ਐਲੀਜੀਬਲ ਹੋ ਤੇ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਅਤੇ ਏਜ ਲਿਮਿਟ ਦੀ ਗੱਲ ਕਰੀਏ 18 ਤੋਂ 37 ਸਾਲ ਦਾ ਕੋਈ ਵੀ ਕੈਂਡੀਡੇਟ ਜਰਨਲ ਕੈਂਡੀਡੇਟ ਵਾਸਤੇ 18 ਤੋਂ 37 ਸਾਲ ਤੱਕ ਦੀ ਏਜ ਲਿਮਿਟ ਰੱਖੀ ਗਈ ਹੈ ਕਿ ਐਸਸੀਐਸਟੀ ਕੈਟਾਗਰੀ ਦੇ ਨਾਲ ਬਿਲੋਂਗ ਕਰਦੇ ਨੇ ਲੋਕ ਉਹਨਾਂ ਦੂਸਤ ਪੰਜ ਸਾਲਾਂ ਦੀ ਐਕਸਟਰਾ ਛੋਟ ਮਿਲਦੀ ਹੈ ਤਾਂ 42 ਸਾਲ ਤੱਕ ਦਾ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਦੋਸਤੋ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਡਿਟਰਨ ਕੰਪੀਟੀਟਿਵ ਇਗਜ਼ਾਮ ਹੋਵੇਗਾ 100 ਬੀ ਕੁਐਸਚਨ ਹੋਣਗੇ ਤੇ ਹਰ ਕੁਐਸਚਨ ਹੋਵੇਗਾ ਜਿਹੜਾ 4 ਨੰਬਰਾਂ ਦਾ ਇਹ ਮਾਰਕਸ ਹੋਵੇਗਾ ਤੇ ਟੋਟਲ ਮਾਰਕਸ ਕਿੰਨੇ ਹੋਣਗੇ 480 ਮਾਰਕਸ ਨੰਬਰ ਆਪਾਂ ਲੈਣੇ ਹੋਣਗੇ ਮਤਲਬ ਕਿ ਨੰਬਰਾਂ ਦਾ ਪੇਪਰ ਹੋਵੇਗਾ ਤੇ ਕੁਆਲੀਫਾਈਇੰਗ ਮਾਰਕ ਵੀ ਇਹਨਾਂ ਨੇ ਨੀਚੇ ਮੈਂਸ਼ਨ ਕੀਤਾ ਹੋਵੇਗਾ ਤੇ ਜਿਹੜਾ ਐਗਜ਼ਾਮ ਹੋਵੇਗਾ ਉਸ ਦਾ ਸਿਲੇਬਸ ਕੁਝ ਇਸ ਤਰ੍ਹਾਂ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਪਪੀਗ ਨੇ ਜਿਹੜੇ ਕੁਐਸਚਨ ਫਰੋਂ ਲੋਜੀਕਲ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ ਕੁਝ ਜ਼ਿਆਦਾ ਟਫ ਨਹੀਂ ਹੈ ਤੇ ਕੁਐਸਚਨ ਕਿੰਨੇ ਹੋਣਗੇ ਤੇ 40 40 ਨੰਬਰ ਆਫ ਕੁਐਸਚਨ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ ਦੇ ਐਗਜ਼ਾਮ ਵਿੱਚ ਦੇਖੋ ਨੂੰ ਮਿਲਣਗੇ ਤੇ ਇਹ 40 ਨੰਬਰਾਂ ਇਨੇ ਮਾਰਕਸ ਦੇ ਹੋਣਗੇ ਹੈ 160 ਮਾਰਕ ਦੇ ਹੋਣਗੇ ਉਹ ਦੋਸਤੋ ਇਸ ਤੋਂ ਇਲਾਵਾ ਜਨਰਲ ਨੋਲੇਜ ਕਰੰਟ ਅਫੇਅਰ ਨੈਸ਼ਨਲ ਮਤਲਬ ਕਰੰਟ ਅਫੇਅਰ ਨੈਸ਼ਨਲ ਤੇ ਇੰਟਰਨੈਸ਼ਨਲ ਦੋਨੇ ਤਰ੍ਹਾਂ ਦੇ ਕਰੰਟ ਅਫੇਅਰ ਇਸ ਵਿੱਚ ਦੇਖਣ ਨੂੰ ਮਿਲਗੇ ਇਹਨਾਂ ਨੇ ਕਿ ਤੇ 80 ਨੰਬਰ ਦੇ ਹਿਕ ਕੁਐਸਚਨ ਇਗਜ਼ਾਮ ਵਿੱਚ ਪਾਉਣਗੇ ਤੇ ਇਹ ਜਿਹੜੇ ਅਸੀਂ ਨੰਬਰ ਹੋਣਗੇ ਤੇ ਇਹ ਕੁਐਸਚਨ ਅਸੀਂ ਹੋਣਗੇ ਜਿਹੜੇ ਇਹ 320 ਨੰਬਰਾਂ ਦੇ ਹੋਣਗੇ ਤੇ ਟੋਟਲ 480 ਨੰਬਰ ਬਣਦੇ ਨੇ ਅਤੇ ਟੋਟਲ ਕੁਐਸਚਨ ਕਿੰਨੇ ਹੋਣਗੇ 120 ਆਪਾਂ ਨੂੰ ਐਗਜ਼ਾਮ ਵਿੱਚ ਦੇਖਣ ਨੂੰ ਮਿਲਣਗੇ ਹੁਣ ਦੋਸਤੋ ਜੇ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਅਤੇ ਇਸ ਐਗਜ਼ਾਮ ਦੀ ਤਿਆਰੀ ਪਰਫੈਕਟਲੀ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਦੱਸ ਦਿਓ ਫਿਰ ਆਪਾਂ ਇਸ ਸਿਲੇਬਸ ਰਿਗਾਰਡਿੰਗ ਜੋ ਵੀ ਕਲਾਸਾਂ ਹੋਣਗੇ ਮੈਂ ਤੁਹਾਨੂੰ ਰੈਗੂਲਰਲੀ ਹੀ ਪ੍ਰੋਵਾਈਡ ਕਰਵਾ ਦੇਗਾ ਆਪਣੇ YouTube ਚੈਨਲ ਤੇ ਐਂਡ ਜੇ ਇਸ ਸਿਲੇਬਸ ਰਿਗਾਰਡਿੰਗ ਕਲੀਅਰ ਕਰਨ ਵਾਸਤੇ ਬੈਸਟ ਬੁੱਕ ਤੁਸੀਂ ਫਾਈਂਡ ਕਰ ਰਹੇ ਹੋ ਤਾਂ ਮੈਨੂੰ Instagram ਤੇ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਫਿਰ ਤੁਸੀਂ ਜੁੜੀ ਵੀ ਇਸ ਦੇ ਐਗਜ਼ਾਮ ਦੇ ਰਿਗਾਰਡਿੰਗ ਬੈਸਟ ਬੁੱਕ ਹੋਵੇਗੀ ਉਸ ਬਾਰੇ ਪੁੱਛ ਸਕਦੇ ਹੋ ਮੈਂ ਤੁਹਾਨੂੰ ਉੱਥੇ ਲਿੰਕ ਪ੍ਰੋਵਾਈਡ ਕਰਵਾ ਦੇਵਾਂਗਾ। ਓਕੇ ਦੋਸਤੋ ਬਾਕੀ ਤੁਸੀਂ ਇਸ ਪੂਰੇ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਰੀਡ ਕਰਕੇ ਆਪਣੀ ਐਲੀਜੀਬਿਲਟੀ ਦੇ ਅਕੋਰਡਿੰਗ ਇਸ ਫਾਰਮ ਨੂੰ ਫਿਲ ਜ਼ਰੂਰ ਕਰ ਦਿਓ। ਇਸ ਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਉੱਥੇ ਜਾ ਕੇ ਤੁਸੀਂ ਇਸ ਲਿੰਕ ਨੂੰ ਡਾਊਨਲੋਡ ਇਸ ਪੀਡੀਐਫ ਫਾਈਲ ਨੂੰ ਡਾਊਨਲੋਡ ਕਰ ਸਕਦੇ ਹੋ। ਐਂਡ ਜੇ ਵੀਡੀਓ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੇ ਐਗਜ਼ਾਮ ਦੀ ਤਿਆਰੀ ਪਰਫੈਕ